ਸਾਰੇ ਦਾ ਫਿਰ ਸਵਾਗਤ ਹੈ। ਗਰਮੀ ਵਾਕਈ ਇੰਡੀਆ ਦੇ ਵਿੱਚ ਗਰਮੀ ਜਿਹੜੀ ਹੈਗੀ ਹੈ ਅਸੀਂ ਇੱਥੇ ਨਹੀਂ ਫੇਸ ਕਰਦੇ, ਪਰ ਸਾਡੇ ਹੀ ਫੈਮਿਲੀ ਦੇ ਕਈ ਮੈਂਬਰਸ ਹੈ ਜਿਹੜੇ ਬਾਹਰ ਇਸ ਗਰਮੀ ਦੇ ਵਿੱਚ ਜਾ ਕੇ ਕੰਮ ਕਰਦੇ ਹਨ। ਜਿਵੇਂ ਅਸੀਂ ਜਿਨ੍ਹਾਂ ਦੀ ਕੱਲ੍ਹ ਗੱਲ ਕਰ ਰਹੇ ਸੀ ਕਿ ਸੀਜ਼ਨ ਹੈ, ਇਸ ਵੇਲੇ ਬਾਹਰ ਜਾ ਕੇ ਉਹਨਾਂ ਨੂੰ ਕੰਮ ਮਿਲਦਾ ਹੈ, ਕੰਮ ਹੁੰਦਾ ਹੈ, ਯੂ ਨੋ ਸਾਰੇ ਦਿਸ ਇਜ਼ ਦ ਟਾਈਮ। ਸੋ ਸਿਖਰ ਦੁਪਹਿਰ ਦੇ ਵਿੱਚ ਇਹ ਸਾਰੇ ਕੰਮ ਕਰ ਰਹੇ ਹੁੰਦੇ ਆ। ਸੋ ਕਿਸ ਤਰ੍ਹਾਂ ਯੂ ਨੋ ਠੰਡਾ ਰੱਖੀਏ ਘਰ ਦੇ ਵਿੱਚ ਆਉਣ 'ਤੇ, ਕੀ ਚੀਜ਼ ਦਈਏ ਸੋ ਦੈਟ ਵੀ ਨੋ ਕਿ ਕਿਸ ਤਰ੍ਹਾਂ ਕੂਲ ਰਹਿਣਾ। ਯੂ ਨੋ ਜਿਸ ਤਰ੍ਹਾਂ ਖਾਣ ਦੀ ਗੱਲ ਹੋ ਰਹੀ ਹੈ, ਮਿੰਟ ਬਹੁਤ ਅੱਛਾ ਹੈ, ਲੱਸੀ ਬੜੀ ਅੱਛੀ ਹੈ, ਰੋਜ਼ ਵੀ ਕਹਿੰਦੇ ਹਨ ਕਿ ਇਟ ਕੂਲਸ ਯੋਰ ਮਾਇੰਡ ਇਵਨ, ਰੋਜ਼ ਦੀ ਫਲੇਵਰ। ਸੋ ਰੋਜ਼ ਦਾ ਈਵਨ ਉਹਨਾਂ ਨੇ ਕਿਹਾ ਕਿ ਪੈਟਲਸ ਨੂੰ ਅਗਰ ਤੁਸੀਂ ਵਿਜ਼ੀਬਲ ਯੂ ਨੋ ਕਿਸੇ ਪਾਣੀ ਦੇ ਵਿੱਚ ਪੈਟਲਸ ਪਾ ਦਿੰਦੇ ਹੋ ਜਾਂ ਉਹ ਰੱਖਦੇ ਹੋ ਜਾਂ ਈਵਨ ਦ ਫਲੇਵਰ ਉਹਦੀ, ਉਹ ਇਟ ਕੂਲਸ ਯੋਰ ਮਾਇੰਡ, ਉਹ ਸਾਈਟ ਵਾਸਤੇ ਵੀ ਕਿ ਹਾਂ ਕੂਲਨੈਸ ਫੀਲ ਹੁੰਦੀ ਹੈ। ਉਹ ਸੇਮ ਇਜ਼ ਵਿਦ ਸਾਊਂਡਸ, ਸਾਊਂਡਸ ਕੁਛ ਐਸੀਆਂ ਘਰ 'ਚ ਹੋਣੀ ਜਿਵੇਂ ਪਾਣੀ ਦੀਆਂ ਜਾਂ ਰੇਨਫੋਲ ਦੀ ਜਾਂ ਯੂ ਨੋ ਕਾਮਿੰਗ ਸਾਊਂਡਸ ਹੋਣ ਅਤੇ ਯੂ ਫੀਲ ਕੂਲ। ਸੋ ਠੀਕ ਹੈ ਕਿ ਅੰਦਰ ਏ ਸੀਜ਼ ਲੱਗੇ ਹੋਏ ਹੈ, ਪਰ ਕਈ ਵਾਰੀ ਐਸੇ ਗਰਮ ਹੁੰਦੇ ਕਿ ਏ ਸੀ ਵੀ ਇਨਫੈਕਟਿਵ ਨਹੀਂ ਹੁੰਦੇ। ਔਰ ਜਿੰਨੇ ਕੁ ਹੁੰਦੇ ਹੈ ਉਹ ਹੋਰ ਬੜੀਆਂ ਚੀਜ਼ਾਂ, ਜਿਸ ਤਰ੍ਹਾਂ ਕਿ ਜ਼ਿਆਦਾ ਕੁਕਿੰਗ ਜਿਹੜੀ ਹੈ ਇੱਕੋ ਟਾਈਮ 'ਤੇ ਕਰ ਲਈ, ਰੱਖ ਲਿਆ, ਕੋਲਡ ਸੈਂਡਵਿਚਿਸ ਖਾ ਲਏ, ਹੋਰ ਬੜੀਆਂ ਚੀਜ਼ਾਂ। ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਆ, ਜ਼ਰੂਰ ਕਾਲ ਕਰੋ ਅਤੇ ਦੱਸੋ, ਲੈਟਸ ਸੀ ਕੀ ਕਹਿੰਦੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਦੱਸੋ, ਥੈਂਕ ਯੂ ਫੋਰ ਕਾਲਿੰਗ, ਦੱਸੋ। ਹਾਂਜੀ ਮੈਨੂੰ ਤੇ ਆਪ ਗਰਮੀ ਲੱਗ ਗਈ ਆ ਹੁਣ 4-5 ਦਿਨ ਪਹਿਲਾਂ। ਅੱਛਾ, ਓਹੋ ਕਿਵੇਂ ਲੱਗੀ? ਹਾਂਜੀ 4 ਤਰੀਕ ਨੂੰ ਅਸੀਂ ਮੇਰੀ ਬੇਟੀ ਕੋਲੇ ਗਏ ਆ ਤੇ ਉੱਥੇ ਚਿਪਸ ਚੁਪਸ ਖਾਂਦੇ ਰਹੇ, ਹਾਂਜੀ, ਤੇ ਜਿੰਜਰ ਏਲ ਵੀ ਪੀਤਾ, ਤੇ ਦੂਸਰੇ ਦਿਨ ਗਰਮੀ ਬੜੀ ਸੀਗੀ ਤੇ ਘਾਹ ਕੱਟਣ ਵਾਲੇ ਆਏ ਤੇ ਉਹਨਾਂ ਨਾਲ ਪਹਿਲਾਂ ਗੱਲ ਹੋਈ ਸੀ ਵੀ ਅਗਲੀ ਵਾਰ ਬੁਸ਼ਾਂ ਜਿਹੜੀਆਂ ਹੈਗੀਆਂ ਅਸੀਂ ਟ੍ਰਿਮ ਕਰ ਦਿਆਂਗੇ। ਹਾਂਜੀ, ਤੇ ਤੁਸੀਂ ਖੜੇ ਕੰਮ ਕਰਾਂਦੇ ਰਹੇ। ਹਾਂਜੀ, ਉਹਨਾਂ ਨਾਲ ਗੱਲ ਕੀਤੀ, ਅਰਵਿੰਦ ਜੀ ਮਤਲਬ ਬਲੀਵ ਕਰਿਓ, ਮੈਂ ਜਦੋਂ ਅੰਦਰ ਆਈ ਤੇ ਮੈਨੂੰ ਜਿਵੇਂ ਤਰੇਲੀ ਆਉਂਦੀ ਹੁੰਦੀ ਆ ਨਾ ਇਸ ਤਰ੍ਹਾਂ, ਤੇ ਮੈਂ ਪਸੀਨੋ ਪਸੀਨੀ ਹੋ ਗਈ। ਪਰ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਗਰਮੀ ਦਾ ਹੀ ਸਿੰਪਟਮ ਹੈ? ਨਹੀਂ ਇਹ ਨਹੀਂ ਪਤਾ ਹੈਗਾ, ਹੁਣ ਇਹ ਤੇ ਰੱਬ ਜਾਣੇ ਕਹਿੰਦੇ ਹੁੰਦੇ ਆ, ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਹੈਗਾ। ਤੇ ਫੇਰ ਉਸ ਦਿਨ ਮੇਰਾ ਸਰੀਰ ਵੀ ਝਰਨਾਟ ਜਾ ਚੜੀ ਜਾਵੇ, ਕੁਛ ਨਾ ਕੁਛ ਤੇ ਕਹਿੰਦੇ ਹੁੰਦਾ ਹੀ ਆ। ਦਿਖਾ ਲੈਣਾ ਸੀ। 5 ਤਰੀਕ ਨੂੰ ਫੇਰ ਮੈਂ ਐਮਰਜੈਂਸੀ ਹਸਪੀਟਲ ਵਿੱਚ ਗਈ, ਮੈਂ ਆਖਿਆ ਮੇਰਾ ਇਸ ਤਰ੍ਹਾਂ ਸਰੀਰ ਕਿਉਂ ਹੋ ਰਿਹਾ ਹੈਗਾ, ਤੇ ਉਹ ਕਹਿੰਦੇ ਬਲੱਡ ਉਹਨਾਂ ਨੇ ਚੈੱਕ ਕੀਤਾ, ਕਹਿੰਦੇ ਸਭ ਠੀਕ ਠਾਕ ਆ। ਤੇ ਮੈਂ ਨੋਰਮਲ ਡਾਕਟਰ ਦੇ ਨਾ ਜ਼ਿਆਦਾ ਜਾਂਦੀ ਨੀ ਗੀ ਕੋਈ ਚੈੱਕਅਪ ਕਰਾਉਣ ਪਿੱਛੇ, ਤੇ ਕਹਿੰਦੇ ਆਪਣੇ ਡਾਕਟਰ ਨੂੰ ਮਿਲੋ। ਤੇ ਤੁਹਾਨੂੰ ਮੈਂ ਇਹ ਦੱਸਦੀ ਹਾਂ, ਜਦੋਂ ਮੈਂ ਛੋਟੀ ਸੀ ਨਾ ਉਦੋਂ ਵੀ ਮੇਰੇ ਨਸਕੀਰ ਬਹੁਤ ਛੁੱਟਦੀ ਹੁੰਦੀ ਸੀ ਗਰਮੀ 'ਚ, ਗਰਮੀ 'ਚ, ਤੇ ਫਿਰ ਮੈਂ ਚਾਹ ਛੱਡ ਦਿੰਦੀ ਸੀਗੀ ਤੇ ਗੂੰਦ ਕਰੀਰ ਆ ਰਾਤ ਨੂੰ ਪਿਉਣਾ ਤੇ ਤੜਕੇ ਉੱਠ ਕੇ ਦੁੱਧ ਪਾ ਕੇ ਥੋੜਾ ਮਿੱਠਾ ਪਾ ਕੇ ਉਹ ਖਾਣਾ। ਹਾਂਜੀ ਹਾਂਜੀ, ਉਹ ਵੀ ਠੰਡਕ ਪਹੁੰਚਾਉਂਦਾ ਬਹੁਤ। ਹਾਂਜੀ ਠੰਡਕ ਪਹੁੰਚਾਉਂਦਾ ਏ, ਤੇ ਗਰਮੀ ਵਿੱਚ ਮਤਲਬ ਘੱਟ ਜਾਣਾ ਜਾਂ ਮਤਲਬ ਸਿਰ ਗਿੱਲਾ ਕਰ ਲੈਣਾ ਉੱਥੇ ਦੇ ਟੂਟੀ ਦੇ ਥੱਲੇ ਹਨਾ। ਸਕੂਲਾਂ ਦੇ ਵਿੱਚ ਸੁਰਿੰਦਰ ਜੀ ਨਸੀਰ ਕਿਸੇ ਕਿਸੇ ਚੀਜ਼ ਨੂੰ ਕਹਿੰਦੇ ਆ ਨਾ, ਵੀ ਇਹਦੀ ਨਸੀਰ ਠੰਡੀ ਹੈ, ਉਹਦਾ ਕੀ ਮਤਲਬ ਹੋਇਆ? ਨਸੀਰ ਕਈ ਚੀਜ਼ਾਂ ਦੀ ਹੁੰਦੀ ਹੈ ਠੰਡੀ, ਪਰ ਪਤਾ ਨੀ, ਪਰ ਇਹ ਹੁਣ ਮੇਰੀ ਬੇਟੀ ਦਾ ਬੇਟਾ ਹੈ ਉਹਦੇ ਵੀ ਛੁੱਟ ਪੈਂਦੀ ਹੈ ਨਸਕੀਰ, ਪਿੱਛੇ ਜੇ ਫੇਰ ਮੇਰੇ 2 ਪਿਛਲੀ ਗਰਮੀ ਚ ਛੁੱਟੀ ਆ। ਤੇ ਉਹ ਕਿਸੇ ਨਾਲ ਗੱਲ ਕੀਤੀ ਡਾਕਟਰ ਦੇ ਨਾਲ, ਉਹ ਕਹਿੰਦੇ ਤੁਸੀਂ ਆ ਜਿਹੜੀ ਐਸਪ੍ਰੀਨ ਲੈਂਦੇ ਆ ਨਾ ਉਹਦੇ ਨਾਲ ਬਲੱਡ ਥੋੜਾ ਪਤਲਾ ਹੋ ਜਾਂਦਾ ਤੇ ਉਹਦੇ ਨਾਲ ਵੀ ਛੁੱਟ ਪੈਂਦੀ ਆ। ਠੀਕ ਹੈ, ਬਹੁਤ ਜਾਂ ਪਹਿਲਾਂ ਵਾਲੀ ਲਾਈਫ ਵਾਂਗੂ ਹੀ ਹੁਣ ਸਾਨੂੰ ਗਰਮੀ ਦੇ ਵਿੱਚੋਂ ਬਚਾ ਤੇ ਆਪਾਂ ਨੂੰ ਉਹ ਸਾਰਿਆਂ ਨੂੰ ਕਰਨਾ ਪੈਂਦਾ, ਜਿਵੇਂ ਠੰਡ ਵਿੱਚ ਅੱਗੇ ਕਹਿ ਦਿੰਦੇ ਸੀ ਸਾਲਾ ਤੇ ਪਾਲਾ ਕੋਲ ਦੀ ਨਹੀਂ ਲੱਗਦੇ ਹੈਗੇ, ਮਿਲ ਕੇ ਹੀ ਜਾਂਦੇ ਆ, ਹੈ ਜੀ। ਸਹੀ ਹੈ, ਤੇ ਇਸ ਤਰ੍ਹਾਂ ਜਿਹੜੀ ਗਰਮੀ ਆ ਇਹ ਵੀ ਸਾਨੂੰ ਲੱਗ ਕੇ ਹੀ ਜਾਂਦੀ ਹੈ ਚਾਹੇ ਕਿੰਨਾ ਹੀ ਬਚਾਅ ਕਰ ਲਈਏ। ਪਰ ਸਰੀਰ ਤੇ ਵੀ ਡਿਪੈਂਡ ਕਰਦਾ, ਸੋ ਥੈਂਕ ਯੂ। ਸਰੀਰ ਵੀ ਪਤਾ ਕੀ ਹੈ, ਜਦੋਂ ਕਿਸੇ ਚੀਜ਼ ਵਿੱਚ ਆ ਜਾਂਦਾ ਨਾ ਉਹ ਵੀ ਐਂ ਲੱਗਦਾ ਕਿ ਹੁਣ ਬੇਕਾਬੂ ਹੋ ਗਿਆ ਸਾਰਾ ਕੁਝ। ਚਲੋ ਥੈਂਕ ਯੂ, ਤੁਸੀਂ ਸ਼ੇਅਰ ਕੀਤਾ। ਗਰਮੀ ਲੂ ਲੱਗ ਜਾਂਦੀ ਜਿਵੇਂ ਕਹੀਦਾ, ਹੁਣ ਪਤਾ ਨਹੀਂ ਸਿੰਪਟਮ। ਮੈਂ ਉਹਦੇ ਦੀ ਬਹੁਤ ਘੱਟ ਬਾਹਰ ਜਾਂਦੀ ਆ, ਤੇ ਜਦੋਂ ਠੰਡੀ ਠੰਡੀ ਹਵਾ ਹੁੰਦੀ ਆ ਬਾਹਰ ਉਦੋਂ ਮੈਂ ਬਹਿੰਦੀ ਆ, ਵਾਕ ਵੀ ਕਰਦੀ ਆ, ਪਰ ਬਚ ਕੇ ਰਹੀਏ ਫਿਰ ਹੁਣ ਗਰਮੀ ਆ ਤੇ ਥੋੜੀ ਜਿਹੀ ਜੇ ਆਪਾਂ ਬਚ ਸਕਦੇ ਆ। ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ। ਪਰ ਕਿੰਨਾ ਬਚਾਂਗੇ ਨਾ, ਕਿਸ ਕਿਸ ਚੀਜ਼ ਤੋਂ ਬਚਾਂਗੇ? ਫਿਰ ਠੰਡ ਆ ਜਾਏਗੀ ਫਿਰ ਕਹਾਂਗੇ ਠੰਡ ਤੋਂ ਬਚਾਂਗੇ। ਸੋ ਬੈਟਰ ਹੈ ਕਿ ਯੂ ਨੋ ਆਪਣੀ ਬੋਡੀ ਨੂੰ ਥੋੜਾ ਇਮਿਊਨ ਵੀ ਕਰਨਾ, ਪਰ ਹਰ ਸਰੀਰ ਦਾ ਫਰਕ ਹੈ, ਜਿਵੇਂ ਯੂ ਨੋ ਨਕਸੀਰ ਫੁੱਟਣਾ ਹੈ, ਕਿਸੇ ਕਿਸੇ ਸਰੀਰ 'ਤੇ ਹੁੰਦਾ ਵੀ ਗਰਮੀ ਲੱਗੀ ਅਤੇ ਨਕਸੀਰ ਫੁੱਟ ਗਈ।
ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਹੋ ਜੀ? ਹੈਲੋ, ਕੌਣ ਬੋਲ ਰਹੇ ਹੋ ਜੀ? ਆਹ, ਪਲੀਜ਼ ਕਾਲ ਅਸ ਬੈਕ, ਕੱਟ ਗਿਆ ਤੁਹਾਡਾ ਫੋਨ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ ਸਤਪਾਲ। ਹੋਰ? ਹਾਂਜੀ, ਬਿਲਕੁਲ ਵਧੀਆ। ਦੱਸੋ ਕੀ ਹੋ ਗਿਆ ਅੱਜ ਤੁਹਾਡੇ ਪਾਸੇ? ਤੇ ਬਹੁਤ ਐਕਸਟ੍ਰੀਮ ਗਰਮੀ ਨਹੀਂ ਹੋਣੀ ਪਰ ਫਿਰ ਵੀ? ਨਹੀਂ, ਹਾਂਜੀ, ਠੀਕ ਹੈ। ਨਹੀਂ, ਹੁਣ ਪੈਂਦੀ ਗਰਮੀ ਆਪਦੇ ਰੰਗ ਦਿਖਾ ਰਹੀ ਹੈ, ਥੋੜੀ ਥੋੜੀ ਪੈ ਗਈ ਹੈ, ਹਲਕੀ ਤੋਂ ਕਿਹੜੀ ਉੱਪਰ ਚਲੀ ਜਾਂਦੀ ਹੈ। ਸੋ ਕਿੱਦਾਂ ਕਰਨਾ ਚਾਹੀਦਾ ਫਿਰ? ਹਾਂਜੀ, ਇੱਕ ਤਾਂ ਜਦੋਂ ਬਾਹਰ ਜਾਣਾ ਆਪਾਂ ਕਾਲਾ ਚਸ਼ਮਾ ਜ਼ਰੂਰ ਲਗਾਉਣਾ ਚਾਹੀਦਾ। ਓ ਯਾ, ਓਕੇ, ਸਨ ਸ਼ੇਡਸ ਜ਼ਰੂਰ, ਸ਼ੇਡਸ ਲਗਾਓ ਜੀ। ਹਾਂਜੀ, ਨੰਬਰ 2 ਜਿਵੇਂ ਆਪਾਂ ਨੂੰ ਸਪਾਈਸੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਓ, ਮੈਂ ਸੁਣਿਆ ਸਪਾਈਸਿਸ ਨਾਲ ਮੈਟਾਬੋਲਿਜ਼ਮ ਐਕਟੀਵੇਟ ਹੁੰਦਾ ਹੈ ਤੇ ਸਵੈਟ ਕਰਦਾ ਬੰਦਾ ਤੇ ਉਹ ਕੂਲ ਕਰਦਾ ਹੈ ਸਗੋਂ। ਹਾਂਜੀ, ਜਾਂ ਕਰਦਾ ਪਰ ਬਹੁਤ ਥੋੜਾ, ਜਿਵੇਂ ਆਪਾਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਵਗੈਰਾ ਜਾਂ ਕੁਝ, ਯਾ ਗਰਮ ਵਗੈਰਾ ਜਿਵੇਂ ਜ਼ਿਆਦਾ ਗਰਮੀ ਫਰਾਈਡ ਨਹੀਂ ਖਾਣਾ ਜ਼ਰੂਰੀ ਹੈ। ਜੀ ਬਿਲਕੁਲ ਬਿਲਕੁਲ, ਠੀਕ ਹੈ। ਤੇ ਦੂਸਰਾ ਜਿਵੇਂ ਆਪਾਂ ਨੂੰ ਮਿਲਦੇ ਹੈਗੇ ਅਮਰਜਨ ਹੁੰਦੇ ਆ ਪੌਚ ਜੇ ਮਿਲਦੇ ਵਿਟਾਮਿਨ ਸੀ ਦੇ, ਰਸਬੈਰੀ, ਔਰੰਜ ਦੇ, ਉਹ ਜ਼ਰੂਰ ਪਾਣੀ ਦੇ ਵਿੱਚ ਪਾ ਕੇ ਲੈਣੇ ਚਾਹੀਦੇ ਆ। ਅੱਛਾ, ਐਂਟੀ ਆਕਸੀਡੈਂਟਸ ਕਿਸੇ ਤੌਰ ਤੋਂ ਲੈ ਲਓ ਤੁਸੀਂ, ਠੀਕ ਹੈ। ਵਿਟਾਮਿਨ ਸੀ ਹੁੰਦਾ 100 mg, 1000 mg, ਇਦਾਂ ਹੁੰਦਾ 500। ਤੇ ਨੰਬਰ 2 ਵੀ ਆਪਣਾ ਬੋਡੀ ਹੈਗੀ ਉਹ 90% ਪਾਣੀ ਦੀ ਹੈ ਤੇ ਪਾਣੀ ਆਪਾਂ ਨੂੰ ਬਹੁਤ ਜ਼ਰੂਰ ਚਾਹੀਦਾ। ਠੀਕ ਹੈ, ਫੁੱਲ ਸਲੀਵ ਚਾਹੀਦੀ ਆਪਾਂ ਨੂੰ ਪਹਿਲੀ ਬਾਹਰ ਜਾਣ ਲੱਗਿਆ ਤਾਂ। ਹਾਂ, ਓਕੇ, ਤੁਹਾਨੂੰ ਲੱਗਦਾ ਕਿ ਹਾਂਜੀ ਹੈਡ ਕਵਰ ਜ਼ਰੂਰ ਕਰਨਾ ਚਾਹੀਦਾ ਆਪਾਂ ਨੂੰ। ਅੱਛਾ, ਠੀਕ ਹੈ, ਠੀਕ ਹੈ, ਬਹੁਤ ਵਧੀਆ। ਸੋ ਸਨ ਸ਼ੇਡਸ ਐਂਡ ਅੰਬ੍ਰੈਲਾ ਕਿੰਨਾ ਸਾਡਾ ਰਿਵਾਜ ਸੀਗਾ ਇੰਡੀਆ, ਅਸੀਂ ਲੈਂਦੇ ਹੁੰਦੇ ਸੀ ਹਰ ਗਰਮੀ 'ਚ, ਇੱਥੇ ਘੱਟ ਗਿਆ। ਬਟ ਯਾ, ਆਫਕੋਰਸ ਵੀ ਕੈਨ ਆਲਵੇਜ਼ ਡੂ ਇਟ। ਏਸ਼ੀਅਨਸ ਨੂੰ ਮੈਂ ਦੇਖਿਆ, ਯੂ ਨੋ, ਫਲਸ਼ਿੰਗ ਜਾਓ, ਚਾਈਨੀਜ਼ ਪੀਪਲ ਦੇ ਸਟਿਲ ਯੂਜ਼ ਦਾ ਕਲਰਡ ਅੰਬ੍ਰੈਲਾਸ, ਪਰ ਅਸੀਂ ਲੋਕ ਸਨ ਵਾਸਤੇ ਥੋੜ੍ਹਾ ਘੱਟ ਗਿਆ, ਬਟ ਦੈਟਸ ਗੁੱਡ ਆਈਡੀਆ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਥੈਂਕ ਯੂ, ਥੈਂਕ ਯੂ ਜੀ, ਹਾਂ, ਥੈਂਕ ਯੂ ਜੀ। ਹੋਰ ਵੀ ਤੁਸੀਂ ਇਸ ਤਰ੍ਹਾਂ ਹੋਰ ਬੜੀਆਂ ਸੀ, ਸਪੈਸ਼ਲੀ ਕਈ ਫੂਡਸ ਕਹਿੰਦੇ ਵਾਟਰਮੈਲਨ ਜਿਵੇਂ ਕਹਿੰਦੇ, ਯੂ ਨੋ, ਕਿ ਉਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਹੈਗੇ ਹੈ ਕਿ ਜਿਹਦਾ ਤੁਹਾਨੂੰ ਕੂਲ ਕਰਦੀ ਹੈ। ਕੁਕੰਬਰ ਖੀਰੇ ਦੇ ਵਿੱਚ ਬੜਾ ਹੈ, ਖੀਰਾ ਪਾਣੀ 'ਚ ਪਾ ਕੇ ਪੀਓ, ਖੀਰੇ ਦਾ ਰਾਇਤਾ ਪੀਓ, ਖੀਰਾ ਵੈਸੇ ਖਾਓ ਗਰਮੀਆਂ ਦੇ ਵਿੱਚ ਨਾ, ਦੈਟਸ ਰੀਅਲੀ ਗੁੱਡ। ਹਨੀ ਡਿਊ ਜਿਹੜਾ ਆਪਣਾ ਮੈਲਨ ਹੈਗਾ, ਖਰਬੂਜ਼ਾ ਹਨੀ ਡਿਊ ਵਾਲਾ, ਉਹਦੇ 'ਚ ਵੀ ਕੂਲਿੰਗ ਇਫੈਕਟਸ ਹੈਗੇ ਆ ਸਾਰੇ ਮੈਲਨਸ ਦੇ ਵਿੱਚ ਬੇਸਿਕਲੀ। ਸਮਰ ਫਰੂਟ ਸਾਰਾ, ਉਹ ਕਹਿੰਦੇ ਰੱਬ ਨੇ ਵੀ ਉਹ ਚੀਜ਼ਾਂ ਬਣਾਈਆਂ ਕਿ ਜੋ ਬੋਡੀ ਨੂੰ ਸਹੀ ਬੈਠਦਾ। ਤਾਂ ਹੀ ਕਹਿੰਦੇ ਹਾਂ ਕਿ ਇੱਥੇ ਨਿਊਯਾਰਕ 'ਚ ਹੁਣ ਮਿਲਣ 'ਤੇ ਸਾਰੇ ਫਰੂਟਸ ਲੱਗ ਗਏ, ਬਟ ਇਟਸ ਆਲਵੇਜ਼ ਬੈਟਰ ਟੂ ਈਟ ਸੀਜ਼ਨਲ ਫਰੂਟਸ, ਯੂ ਨੋ, ਕਿਉਂਕਿ ਸੀਜ਼ਨਲ ਫਰੂਟਸ ਦਾ ਕੋਈ ਮਕਸਦ ਹੈ ਕਿ ਉਸ ਗਰਮੀ ਦੇ ਵਿੱਚ ਤੁਹਾਡੀ ਬੋਡੀ ਨੂੰ ਉਹ ਚੀਜ਼ ਜ਼ਿਆਦਾ ਪਚੇਗੀ, ਜ਼ਿਆਦਾ ਜ਼ਰੂਰਤ ਹੈ। ਸੋ ਉਹ ਸਾਰੀਆਂ ਚੀਜ਼ਾਂ, ਐਂਡ ਸਪੈਸ਼ਲੀ ਅਸੀਂ ਜਿਵੇਂ ਕਿਹਾ ਕਿ ਮਿੰਟ, ਐਂਡ ਆਈ ਡਿਡਨਟ ਨੋ ਕਿ ਰੈਡਿਸ਼ ਮਤਲਬ ਕਿ ਮੂਲੀ, ਉਹਦੇ ਵਿੱਚ ਵੀ ਕੂਲਿੰਗ ਇਫੈਕਟਸ ਹੈ। ਯੂ ਨੋ, ਮੂਲੀ ਕਹਿੰਦੇ ਆ ਨਾ ਗਰਮੀਆਂ 'ਚ, ਕਈ ਵਾਰੀ ਕਹਿੰਦੇ ਸੀ ਕਿ ਉੱਥੋਂ ਹੀ ਕੱਢ ਕੇ ਬੈਕਯਾਰਡ 'ਚੋਂ ਕੱਢ ਕੇ ਖਾਈਦਾ ਸੀ। ਸੋ ਮੈਨੂੰ ਨਹੀਂ ਸੀ ਪਤਾ, ਬਟ ਮੈਂ ਉਹੀ ਪੜ੍ਹ ਰਹੀ ਸੀ ਕਿ ਰੈਡਿਸ਼ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੁਆਲਿਟੀਜ਼ ਹੈਗੀਆਂ ਜਿਹੜੇ ਤੁਹਾਡੇ ਬੋਡੀ ਨੂੰ ਕੂਲ ਰੱਖਣਗੀਆਂ। ਸੇ ਪੁਦੀਨਾ ਤਾਂ ਹੈ ਹੀ ਹੈ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ, ਤੁਸੀਂ ਵੀ ਕਾਲ ਕਰੋ ਔਰ ਜ਼ਰੂਰ ਦੱਸੋ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਗਰਮੀਆਂ ਦੇ ਵਿੱਚ।